स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड नंगल तहसील कोटकपुरा ते जिला फरीदकोट मेरा अपना पिंड है दोस्तों। नेड़े पिंड जे गल करिए एक पासे चमेली दूजे पासे कोटसुखिया रह जांदा है। जिहड़े घर चों वीडियो बना रहे हैं इन्हां कोल घर दे पशु आ दोस्तों। इधर दो मझां खड़ियां देख रहे हो, एक दो दूजे पासे भी पशु हैगे आ। एक बूरी मझ विकाऊ कीती है चंगे थण हवाने दी मझ सून दे नेड़ है। इहदे बारे आपां डिटेल पुछदे हां, वीडियो नूं एंड तक देखियो। जिहनूं पसंद आ जू आ के तसली कर लिओ जे, ते आपदी तसली ना खरीद लिओ जे। आओ गलबात करदे हां ते फिर इहनूं तोरांगे। सति श्री अकाल चाचा जी। सति श्री अकाल। नाम दस्सिओ जी अपना। केवल चाचा जी, ये जिहड़ी मझ आपां अज वेचणी है कहिण मासू आ जी, ये चौथे सूए सूणी आउणी। किन्ने क दिन लै जूगी? ਲੈ ਜੂ 5-7 ਦਿਨ। 5-7 ਦਿਨ ਲੈ ਜੂ। ਅੱਛਾ, ਤੀਜੇ ਸੂਏ ਦੁੱਧ ਕਿੰਨਾ ਕੁ ਦਿੱਤਾ ਜੀ ਇਹਨੇ? 12-13 ਲੀਟਰ ਚ ਹੋਇਆ। 12-13 ਲੀਟਰ ਸੀਗਾ ਤੀਜੇ ਸੂਏ ਚ। ਰੇਟ ਇਹਦਾ ਕੀ ਰੱਖਿਆ ਜੀ? ਰੇਟ 90,000 ਰੁਪਇਆ। 90,000 ਖੋਲੇ ਨੂੰ ਤੋਰ ਕੇ ਦਿਖਾਈਏ ਦੋਸਤੋ। 90,000 ਰੁਪਇਆ ਡਿਮਾਂਡ ਹੈ। ਚੌਥਾ ਸੂਆ ਹੈ, 12-13 ਕਿਲੋ ਦੁੱਧ ਤੀਜੇ ਸੂਏ ਚ ਦਿੱਤਾ। ਹਵਾਨਾ ਤੁਸੀਂ ਦੇਖੋਗੇ ਚੰਗਾ ਦਿਖਾਉਂਦੀ ਆ, ਥਣ ਦਾ ਸਾਈਜ਼ ਬਹੁਤ ਸੋਹਣਾ। ਬੂਰੀ ਮੱਝ ਆ ਦੱਸੋ, ਇਹਦੇ ਚਾਰੇ ਪੈਰ ਵਾਈਟ ਹੈ, ਅੱਖਾਂ 'ਚ ਵੀ ਨੀਲਾਪਨ ਹੈਗਾ, ਨੀਲੀ ਰਾਵੀ ਚ ਪੈਂਦੀ ਹੈ। ਤੁਸੀਂ ਹਵਾਨਾ ਇੱਥੋਂ ਦੇਖ ਸਕਦੇ ਹੋ, ਜਿਹੜਾ ਇਹਦਾ ਸੋਹਣਾ ਦਿਖਾਉਂਦੀ ਹੈ। ਬਾਕੀ ਥਣ ਚਾਰੇ ਇੱਕੋ ਜਿਹੇ ਹੈ, ਸੋਹਣੇ ਥਣ ਹੈ ਦੋਸਤੋ। ਸੋ ਜਿਹਨੂੰ ਪਸੰਦ ਆਵੇ, ਇਹਦਾ ਰੇਟ 90,000 ਆ। ਥੋੜ੍ਹਾ ਜਿਹਾ ਚਿੱਕੜ ਜਾ ਰਿਹਾ, ਆਏ ਨੂੰ ਤੋਰ ਲਓ ਜੀ, ਉੱਧਰ ਨੂੰ ਲੈ ਜਾਓ। ਚੌਥਾ ਸੂਆ ਇਹਨੇ ਸੂਣਾ ਹੈ, ਅਤੇ ਇਹ ਹਜੇ 5-7 ਦਿਨ ਦੋਸਤੋ ਲੈ ਜਾਣੇ ਆ ਸੂਣ ਦੇ ਵਿੱਚ। ਚੰਗੀ ਤਿਆਰ ਹੁੰਦੀ ਆਉਂਦੀ ਹੈ ਬੂਰੀ ਮੱਝ ਦਾ ਸ਼ੌਕੀਨ ਜਿਹੜਾ ਉਹ ਜ਼ਰੂਰ ਇਹਨਾਂ ਨਾਲ ਸੰਪਰਕ ਕਰ ਸਕਦਾ। ਥਣ ਅਗਲੇ ਵੀ ਸੋਹਣੇ ਆ, ਪਿਛਲੇ ਥਣ ਵੀ ਲਗਭਗ ਬਰਾਬਰ ਦਾ ਸਾਈਜ਼ ਹੈ। ਬਾਕੀ ਦੁੱਧ ਬਾਰੇ ਤੁਹਾਨੂੰ ਦੱਸ ਹੀ ਦਿੱਤਾ, ਦਰਮਿਆਨੇ ਕੱਦ ਦੀ ਹੈ, ਚੰਗੇ ਵਜ਼ਨ ਦੀ ਮੱਝ ਹੈ। ਸਿੰਘ ਇਹਦਾ ਕੁੰਡਾ ਪਰ ਥੋੜ੍ਹਾ ਜਿਹਾ ਮੋਟਾ ਸਿੰਘ ਹੈ, ਉਹ ਅਜੇ ਬਣਾਉਣ ਦੀ ਲੋੜ ਹੈ, ਪਰ ਜਿਹੜਾ ਵੀਰ ਖਰੀਦੂਗਾ ਉਹ ਆਪ ਦੇਖ ਸਕਦਾ। ਇਹ ਨੈਚੁਰਲੀ ਹੈ ਜਿੱਦਾਂ ਦੇ ਹੈਗੇ ਹੈ। ਹਵਾਨਾ ਤੁਸੀਂ ਦੇਖੋਗੇ ਇੱਦਾਂ ਦਾ ਇਹਦਾ ਰੁੱਖ ਹੈ ਇਸ ਟਾਈਮ ਹੈ, ਹਜੇ ਢਿੱਲ ਕਾਫੀ ਹੈ। ਬੰਨ ਦਿਓ ਜੀ, ਹਵਾਨੇ ਦੇ ਵਿੱਚ ਸਪੇਸ ਹੈਗੀ ਹੈ ਹਜੇ, ਕਿਉਂਕਿ 5-4 ਦਿਨ ਲਊਗੀ ਤਾਂ ਹਵਾਨਾ ਚੰਗਾ ਭਰ ਜੂਗੀ। ਸੋ ਇਹ ਮੱਝ ਦੱਸੋ ਜਿਹਨੂੰ ਪਸੰਦ ਆਵੇ। ਅਗਲੇ ਥਣ ਵੀ ਤੁਸੀਂ ਦੇਖੋਗੇ ਚੰਗੇ ਦਿਖਾਉਂਦੀ ਹੈ, ਪਿੱਠ ਪੁੜੇ ਦੀ ਬਣਾਵਟ ਵੀ ਚੰਗੀ ਹੈ, ਇਹਦੀ ਪੂਛ ਫੜਿਓ ਮਾੜੀ। ਸੋ ਹੁਣ ਜਦੋਂ ਦੱਸੋ ਸਾਈਡ ਨੂੰ ਜਾਂਦੀ ਉਦੋਂ ਵੀ ਹਵਾਨਾ ਤੁਸੀਂ ਦੇਖੋਗੇ। ਬਸ ਛੱਡ ਦਿਓ ਜੀ, ਛੱਡ ਦਿਓ, ਕੋਈ ਗੱਲ ਨਹੀਂ, ਦੇਖ ਸਕਦੇ ਹੋ ਹਵਾਨਾ। ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ।